ਡੀਜੇ ਦੇ ਗਾਣੇ ਅਤੇ ਨੱਚਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਖੂਨੀ ਝੜਪ, ਜੰਮ ਕੇ ਚੱਲੇ ਇੱਟਾਂ ਰੋੜੇ, ਦੋ ਗੰਭੀਰ ਰੂਪ ਵਿੱਚ ਜ਼ਖਮੀ। ਜ਼ਖਮੀਆਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਕਰਵਾਇਆ ਗਿਆ ਦਾਖਲ। ਦੋਨਾਂ ਧਿਰਾਂ ਨੇ ਇੱਕ ਦੂਜੇ 'ਤੇ ਲਗਾਏ ਗੰਭੀਰ ਆਰੋਪ। ਫਿਰੋਜ਼ਪੁਰ ਦੇ ਪਿੰਡ ਕੁੰਡਿਆਂ ਵਿੱਚ ਡੀਜੇ 'ਤੇ ਨੱਚਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤੂੰ ਤੂੰ ਮੈਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਦਿਖਾ ਦਿੱਤਾ। ਇੱਕ ਧਿਰ ਵੱਲੋਂ ਗੁੱਸੇ ਵਿੱਚ ਆ ਕੇ ਦੂਜੀ ਧਿਰ ਦੇ ਕਾਰ ਉੱਪਰ ਅੰਨੇਵਾਹ ਇੱਟਾਂ ਰੋੜਿਆਂ ਦਾ ਮੀਂਹ ਵਰਸਾ ਦਿੱਤਾ। ਇੱਟਾਂ ਮਾਰ ਮਾਰ ਘਰ ਭੰਨ ਤੋੜ ਕਰ ਦਿੱਤਾ। ਉੱਧਰ ਗੁੱਸੇ ਵਿੱਚ ਆਈ ਦੂਜੀ ਧਿਰ ਵੱਲੋਂ ਵੀ ਪਹਿਲੀ ਧਿਰ ਦੇ ਉੱਪਰ ਕਿਰਪਾਨਾਂ ਨਾਲ ਹਮਲਾ ਕਰਕੇ ਦੋ ਜਣਿਆਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਮਾਮਲਾ ਫਿਰੋਜ਼ਪੁਰ ਦੇ ਪਿੰਡ ਕੁੰਡੇ ਦਾ ਹੈ, ਜਿੱਥੇ ਦੇਰ ਰਾਤ ਵਿਆਹ 'ਤੇ ਡੀਜੇ ਚੱਲ ਰਿਹਾ ਸੀ ਅਤੇ ਗਾਣੇ 'ਤੇ ਨੱਚਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਬਣ ਗਿਆ ਅਤੇ ਤੜਕਸਾਰ ਹੁੰਦੇ ਹੀ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ 'ਤੇ ਹਮਲਾ ਕਰ ਦਿੱਤਾ ਗਿਆ। ਇੱਕ ਧਿਰ ਵੱਲੋਂ ਅੰਨੇਵਾਹ ਇੱਟਾਂ ਦਾ ਦੂਜੀ ਧਿਰ 'ਤੇ ਮੀਂਹ ਵਸਾਇਆ ਅਤੇ ਭੰਨ ਤੋੜ ਕੀਤੀ ਗਈ। ਗਲੀ ਵਿੱਚ ਖਿਲਰੇ ਇੱਟਾਂ ਰੋੜੇ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਪੀੜਤ ਇੰਨੀ ਜ਼ਬਰਦਸਤ ਹੋਵੇਗੀ ਕਿ ਫਿਰ ਦੂਜੀ ਧਿਰ ਵੱਲੋਂ ਵੀ ਪਹਿਲੀ ਧਿਰ 'ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਦੋ ਜਣਿਆਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਹੀ ਪੁਲਿਸ ਵੱਲੋਂ ਦੋਨਾਂ ਧਿਰਾਂ ਦੇ ਬਿਆਨ ਲੈ ਕੇ ਮੁਕੱਦਮਾ ਦਰਜ ਕਰ ਲਿਆ ਗਿਆ। ਹਾਲਾਂਕਿ ਇਸ ਮਾਮਲੇ ਵਿੱਚ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ, ਪਰ ਜਿਸ ਤਰ੍ਹਾਂ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ, ਪਿੰਡ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਤੁਸੀਂ ਵੀ ਦੇਖੋ ਇਹ ਤਸਵੀਰਾਂ, ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਸਾਡਾ ਚੈਨਲ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਮੇਰਾ ਨਾਮ ਪਰਮਜੀਤ ਜੀ ਤੇ ਇੱਥੇ ਪਹਿਲੇ ਤਾਂ ਸਾਡੇ ਮੁੰਡਿਆਂ ਨੇ ਰਾਤੀ ਰੋਕਿਆ ਵੀ ਤੁਸੀਂ ਚਿੱਟਾ ਨਾ ਵੇਚੋ, ਇਵੇਂ ਪਿੰਡ ਦੇ ਮੁੰਡੇ ਜਵਾਨ ਮਰੀ ਜਾਂਦੇ ਆ। ਉਹ ਮੁੰਡੇ ਸਾਡੇ ਮੁੰਡਿਆਂ ਦੇ ਗੱਲ ਪੈ ਗਿਆ, ਫਿਰ ਵੀ ਵੱਡਿਆਂ ਨੇ ਰੋਕਿਆ ਆ, ਹਟ ਗਿਆ। ਦੁਪਹਿਰੇ ਸਾਡਾ ਮੁੰਡਾ ਮਾੜਾ ਜਿਹਾ ਬਾਹਰ ਨਿਕਲਿਆ ਚੀਜ਼ ਲੈਣ, ਅਸੀਂ ਅੰਦਰ ਆਪਣੇ ਘਰ, ਪਿਸਟਲ ਲੈ ਕੇ ਮਗਰ ਲੱਗਿਆ। ਸਾਡੇ ਮੁੰਡੇ ਨੇ ਆ ਕੇ ਗੇਟ ਲਾ ਲਿਆ ਤੇ ਆ ਗੇਟ ਭੰਨਣ ਲੱਗ ਪੈਣ। ਹਾਂਜੀ, ਇੱਥੇ ਗਏ ਘਰ ਦੇ ਬੂਹੇ ਅੱਗੇ ਦੁਕਾਨ ਤੇ ਚੀਜ਼ ਲੈਣ ਗਿਆ ਜੀ, ਮੰਗਾ ਦੁਕਾਨ ਵਾਲਾ, ਉਹਦੇ ਦੁਕਾਨ ਤੇ ਚੀਜ਼ ਲੈਣ ਗਿਆ ਜੀ। ਉਹ ਸੇਵਕ ਤੇ ਸਾਗਰ ਤੇ ਸੁੱਖਾ, ਉਹਦਾ ਨਾਮ ਪੌਂਟਿੰਗ ਜੇ ਨਾਲ, ਇੱਥੇ ਪੌਂਟਿੰਗ ਕਹਿੰਦੇ, ਉਹ ਫੁੱਲ ਚਿੱਟਾ ਵੇਚ ਰਹੇ ਨੇ। ਹਾਂਜੀ, ਨਾਲ ਉਹਨਾਂ ਦੀ ਭੈਣ ਨੇ ਅਮਰਜੀਤ, ਉਹ ਵੀ ਚਿੱਟਾ ਵੇਚਦੀ ਪਈ। ਜੇ ਰੋਕਿਆ ਸਾਡੇ ਦੋ ਪਰਿਵਾਰ ਦੇ ਮੁੰਡੇ ਗਏ ਨੇ, ਤੀਜਾ ਪਿੰਡ ਚ ਗਿਆ ਚਿੱਟੇ ਚ, ਅੱਠ ਅੱਠ ਦਿਨ ਦੀ ਵਿੱਥ ਪਈ ਹੈ, ਪਰ ਨਹੀਂ ਆਟਦੇ ਪਏ, ਉਲਟਾ ਸਾਡੇ ਗੱਲ ਪੈਂਦੇ ਪਏ। ਹਾਂਜੀ, ਹਮਲਾ ਵੀ ਕੀਤਾ ਗਿਆ ਜੀ। ਹਾਂਜੀ ਹਾਂਜੀ, ਮੈਂ ਜ਼ਖਮੀ ਆ, ਮੇਰੇ ਮੈਂ ਇੱਟ ਮਾਰੀ ਜੇ ਉੱਤੇ, ਉਹ ਇੱਟਾਂ ਕੋਠੇ ਤੇ ਸਾਡਾ ਚਲਾਉਂਦੇ ਰਹੇ ਜੀ, ਬਹੁਤ ਜ਼ਿਆਦਾ ਬਰਸਾਤ, ਉੱਪਰ ਕੋਠਾ ਵੀ ਸਾਡਾ ਭਰਿਆ ਪਿਆ ਜੀ ਇੱਟਾਂ ਦਾ। ਹਾਂਜੀ, ਬਹੁਤ ਜ਼ਿਆਦਾ ਕਾਪੇ ਕੁਆੜੀਆਂ ਸਭ ਉਹਨਾਂ ਦੇ ਕੋਲ ਸੀ ਜੀ, ਦਾਖਲ ਹੋਣ ਗਿਆ ਸਨ, ਪੁਲਿਸ ਵਾਲਿਆਂ ਨੇ ਕਿਹਾ ਵੀ ਉਹ ਵੀ ਦਾਖਲ ਹੋ ਗਏ ਨੇ, ਆਪੇ ਸੱਟਾਂ ਮਾਰ ਕੇ ਤੁਸੀਂ ਨਾ ਜਾਇਆ ਜੇ, ਤੁਹਾਡੇ ਗੱਲ ਪੈਣਗੇ। ਸਾਨੂੰ ਬਾਈ ਵੀ ਰੱਖਿਆ, ਰਿਪੋਰਟ ਕਰਾਉਣਗੇ ਪੁਲਿਸ ਨੇ ਵੀ ਉਹ ਬਹੁਤ ਬੰਦੇ ਫਿਰਦੇ ਤੁਹਾਨੂੰ ਮਾਰ ਦੇਣਗੇ। ਸਾਡੀ ਨੂੰਹ ਘਰ ਇਕੱਲੀ ਸੀ ਫਿਰ, ਇਸ ਕਾਰਨ ਅਸੀਂ ਆ ਗਏ, ਨਾਲ ਮੇਰੀ ਸ਼ੂਗਰ ਵੱਧ ਗਈ ਸੀ, ਇਸ ਕਾਰਨ ਅਸੀਂ ਉੱਥੋਂ ਥਾਣੇ 'ਚ ਲੈ ਕੇ ਛੁੱਟੀ ਆ ਗਏ। ਹਾਂਜੀ, ਮੰਗ ਇਹ ਹੀ ਸਾਨੂੰ ਇਨਸਾਫ ਦਿੱਤਿਆ ਜੇ, ਮੇਰੇ ਮੁੰਡਿਆਂ ਨੂੰ ਇਹਨਾਂ ਤੋਂ ਬਹੁਤ ਡਰ ਹੈ ਸੇਵਕ ਤੋਂ। ਹਾਂਜੀ ਹਾਂ, ਦਿਨ ਦਿਹਾੜੇ ਸਭ ਕੁਛ ਹੋਇਆ, 2 ਵਜੇ ਦਾ ਟਾਈਮ ਹੈ, 100 ਨੰਬਰ 'ਤੇ ਮੈਂ ਫੋਨ ਵੀ ਕੀਤਾ, ਜੇ ਪੁਲਿਸ ਆਈ ਹੈ ਤਾਂ ਉਲਟਾ ਮੇਰੀ ਨੂੰਹ ਨਾਲ ਬੋਲ ਕੇ ਗਏ ਨੇ, ਮੇਰੀ ਨੂੰਹ ਨੇ ਬਿਆਨ ਦਿੱਤੇ ਨੇ ਅਤੇ। ਹਾਂਜੀ ਹਾਂਜੀ, ਕਾਰਵਾਈ ਹੋਣੀ ਚਾਹੀਦੀ ਜੀ। ਮੇਰਾ ਨਾਮ ਜਗਸੀਰ ਸਿੰਘ, ਪਿੰਡ ਗੁੰਡੇ ਜੀ। ਇਹ ਆਪਣੇ ਫੱਲੂ ਪੁੱਤਰ ਆਮਾ ਜੀਤਾ ਜੀ, ਇਹਨਾਂ ਦੇ ਪਰਸੋਂ ਘਰੇ ਪ੍ਰੋਗਰਾਮ ਕੋਈ ਹੈਗਾ ਸੀਗਾ ਅਤੇ ਮੇਰੇ ਬੇਟੇ ਨੂੰ ਬੁਲਾਇਆ ਸੀ ਆਪ ਇਹਨਾਂ ਮੁੰਡਿਆਂ ਨੇ,
ਇਹਨਾਂ ਦੇ ਮੁੰਡਿਆਂ ਨੇ ਬੁਲਾਇਆ ਸੀ ਅਤੇ ਉਹ ਬੁਲਾਉਣ ਦੇ ਬਾਵਜੂਦ ਇਹ ਕਿਤੇ ਬੋਲ ਬੁਲਾਈਆ ਇਹਨਾਂ ਦਾ ਹੋ ਗਿਆ ਅਤੇ ਮੈਂ ਇਹਨਾਂ ਦੇ ਘਰ ਜਾ ਕੇ ਖੁਦ ਇਹਨਾਂ ਨੂੰ ਆਪ ਸਮਝਾ ਕੇ ਆਇਆ। ਨਾਲ ਪੱਪੂ ਸਰਪੰਚ ਦਾ ਮੁੰਡਾ ਹੈਗਾ ਸੀ ਰਤਨ ਲਾਲ, ਉਹਨੇ ਵੀ ਸਮਝਾਇਆ ਵੀ ਆਪਾਂ ਲੜਨਾ ਨਹੀਂ ਦਾ, ਵੀ ਆਪਾਂ ਬੈਠ ਕੇ ਗੱਲ ਕਰ ਲਵਾਂਗੇ। ਮੈਂ ਅੱਜ ਡਿਊਟੀ 'ਤੇ ਗਿਆ, ਫਲੱਡ ਸੀਜ਼ਨ ਚੱਲਦਾ ਪਿਆ, ਮੈਂ ਡਿਊਟੀ 'ਤੇ ਗਿਆ ਅਤੇ ਡਿਊਟੀ ਦੇ ਮਗਰੋਂ ਮੇਰੇ ਤਾਏ ਦੇ ਮੁੰਡੇ ਨੇ ਫੋਨ ਕੀਤਾ ਵੀ ਤੇਰੇ ਘਰ ਦੀ ਭੰਨ ਤੋੜ ਬਹੁਤ ਜ਼ਿਆਦਾ ਹੋ ਰਹੀ ਅਤੇ ਤੂੰ ਜਲਦੀ ਜਲਦੀ ਆਇਆ। ਮੈਂ ਆ ਕੇ ਇੱਥੋਂ ਘਰਦਿਆਂ ਨੂੰ ਲੈ ਕੇ ਗਿਆ, ਘਰਦਿਆਂ ਨੂੰ ਐਡਮਿਟ ਕਰਾਉਣ ਲੱਗਾ। ਇੱਕ ਤਾਂ ਮੈਂ ਰਿਪੋਰਟ ਕੀਤੀ ਥਾਣਾ ਸਤਰ ਦੇ ਵਿੱਚ, ਉਹਨਾਂ ਮੈਨੂੰ ਉੱਥੇ ਬਿਠਾਈ ਰੱਖਿਆ ਵੀ ਤੁਹਾਨੂੰ ਤੈਨੂੰ ਵੀ ਨੁਕਸਾਨ ਹੈਗਾ ਵੀ ਉਹ ਬੰਦੇ ਬੜੇ ਆਏ ਵੀ ਇਹਨਾਂ ਦੇ ਪਿਸਟਲ ਪੁਸਟਲ ਲਈ ਫਿਰਦੇ ਨੇ, ਚਿੱਟਾ ਵੇਚਦੇ ਨੇ, ਗੈਂਗਸਟਰ ਬੰਦੇ ਨੇ, ਨਾਲ ਕਾਪੇ ਕੂਪੇ ਮੇਰੇ ਘਰ ਦੀ ਬਹੁਤ ਹਾਲਤ ਮਾੜੀ ਕਰ ਦਿੱਤੀ ਹੈ। ਅਤੇ ਮੈਨੂੰ ਥਾਣਾ ਸਤਰ ਫਿਰੋਜ਼ਪੁਰ ਨੇ ਵੀ ਰੋਕੀ ਰੱਖਿਆ ਵੀ ਤੂੰ ਅਜੇ ਨਾ ਜਾ ਵੀ ਤੇਰਾ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ। ਅਤੇ ਮੈਂ ਉਹਨਾਂ ਦੇ ਬਾਵਜੂਦ ਮੈਂ ਸਿਰਫ ਰਿਪੋਰਟ ਕਰਕੇ ਅਤੇ ਆਪਦੇ ਘਰ ਆਇਆ ਹੈਗਾ। ਘਰ ਆਣ ਕੇ ਮੇਰੀ ਨੂੰਹ ਸੀ ਘਰ ਇਕੱਲੀ ਹੈਗੀ, ਬੇਟਾ ਮੇਰਾ ਪੀਰਾਮਲ ਕੈਪੀਟਲ ਫਾਈਨੈਂਸ ਕੰਪਨੀ ਪ੍ਰਾਈਵੇਟ ਕੰਪਨੀ ਦੇ ਵਿੱਚ ਜੋਬ ਕਰਦਾ ਹੈਗਾ ਅਤੇ ਮੇਰੀ ਨੂੰਹ ਇਕੱਲੀ, ਇਸ ਕਰਕੇ ਮੈਂ ਆਇਆ ਹੈਗਾ ਵੀ ਮੇਰੇ ਘਰ 'ਤੇ ਮੈਨੂੰ ਦੱਸਿਆ ਵੀ ਤੇਰੇ ਘਰ 'ਤੇ ਦੁਬਾਰਾ ਫਿਰ ਹਮਲਾ ਕਰਨ ਦੇ, ਅਤੇ ਮੈਂ ਇਸ ਕਰਕੇ ਆਪਦੇ ਨੂੰਹ ਦੀ ਰਖਵਾਲੀ ਲਈ ਅਤੇ ਆਪਦੇ ਘਰ ਦੇ ਰਖਵਾਲੀ ਲਈ ਮੈਂ ਇੱਥੇ ਪਹੁੰਚਿਆ ਹੈਗਾ। ਉਹ ਵੀ ਮੈਂ ਪਿੰਡ ਦੇ ਮੋਹਤਬਾਰਾਂ ਨੂੰ ਮੈਂ ਪੁੱਛਿਆ ਤਾਂ ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਤੂੰ ਆ ਜਾ। ਹੁੰਦੇ ਜੀ ਮੈਂ ਇਨਸਾਫ ਮੰਗਦਾ, ਮੈਂ ਸਰਕਾਰੀ ਮੁਲਾਜ਼ਮ, ਮੇਰੀ ਫਲੱਡ ਸੀਜ਼ਨ ਡਿਊਟੀ ਚੱਲਦੀ ਪਈ ਹੈ, 24 ਘੰਟੇ ਡਿਊਟੀ ਮੇਰੀ ਫਲੱਡ ਸੀਜ਼ਨ ਚੱਲਦਾ ਪਿਆ ਅਤੇ ਮੈਨੂੰ ਬਹੁਤ ਖਤਰਾ ਹੈਗਾ। ਇਹ ਬੰਦੇ ਚਿੱਟੇ ਦਾ ਕੰਮ ਕਰਦੇ, ਚਿੱਟਾ ਵੇਚਦੇ ਹੈਗੇ, ਜੋ ਐਂਟੀ ਫਰੂਟ ਵਾਲੇ ਇਹਨਾਂ ਨੂੰ ਚੱਕ ਕੇ ਲੈ ਕੇ ਜਾਂਦੇ ਨੇ, ਪਿੰਡ ਦੇ ਜਿਹੜੇ ਕੋਲ ਮੋਹਤਬਾਰ ਬੰਦੇ ਨੇ ਇਹ ਪੈਸਾ ਦੇ ਕੇ ਛਡਾ ਲਿਆਉਂਦੇ। ਕੋਈ ਕਾਨੂੰਨ ਦੀਆਂ ਹਦਾਇਤਾਂ ਮੁਤਾਬਕ ਜੋ ਸ਼੍ਰੀ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀਆਂ ਹੁਕਮਾਂ ਮੁਤਾਬਕ ਵੀ ਕੋਈ ਸਾਡੇ ਪਿੰਡ ਦੇ ਵਿੱਚ ਚਿੱਟਾ ਕੋਈ ਇੱਕ ਮਾਮੂਲਾ ਜਮਣੀ ਬੰਦ ਹੋਇਆ ਪੈਸਾ ਦਿੰਦੇ ਨੇ, ਬੰਦਾ ਛਡਾ ਲਿਆਉਂਦੇ ਨੇ, ਪਿੰਡ ਦੇ ਮੋਹਤਬਾਰ ਜਿਹੜੇ ਬੰਦੇ ਨੇ ਰਲੇ ਹੋਏ ਨੇ ਉਹਨਾਂ ਨਾਲ ਅਤੇ ਉਹ ਚਿੱਟਾ ਵਕਾਰ ਰਹੇ ਨੇ। ਅਤੇ ਚਿੱਟੇ ਦੇ ਬਾਵਜੂਦ ਮੇਰੇ ਦੋ ਚਾਚੇ ਦੇ ਮੁੰਡੇ ਨੇ 8-8 ਦਿਨਾਂ ਬਾਅਦ ਮੌਤ ਹੋ ਗਈ, ਇੱਕ ਸਾਡੇ ਪਿੰਡ 'ਚ ਭਤੀਜਾ ਲੱਗਦਾ ਉਹਦੀ ਮੌਤ ਹੋ ਗਈ। ਇਹ ਪਿੰਡ ਨੂੰ ਕੁੰਡੇ ਪਿੰਡ ਨੂੰ ਕੋਈ ਕਿਸੇ ਤਰ੍ਹਾਂ ਦਾ ਅਸਰ ਨਹੀਂ ਹੋਇਆ, ਇਹਨਾਂ ਦੇ ਸਿਰ 'ਤੇ ਕੋਈ ਜੂਨ ਨਹੀਂ ਸਰਕੀ। ਕਾਰਵਾਈ ਬਿਲਕੁਲ ਜੀ ਫੁੱਲ ਬੜਾ ਫੁੱਲ ਹੋਣੀ ਚਾਹੀਦੀ, ਨਹੀਂ ਤਾਂ ਮੈਂ DGP ਨੂੰ ਆਪ ਜਾ ਕੇ ਰਿਕੁਐਸਟ ਕਰਾਂ। ਕੀ ਨਾਮ ਤੁਹਾਡਾ? ਕਾਰਵਾਈ ਹੋਣੀ ਚਾਹੀਦੀ ਜਿਹਨਾਂ ਨੇ ਹਮਲਾ ਕੀਤਾ।